बंदे बहुत घटे ने तो कहते महाराज थोड़ी गल बिल्कुल सच्ची महाराज तो वह तो महाराज को पता जो महाराज होंगे कहते सच उन्होंने सेवादार भी ये गल कहते भी सच्ची गल है भी साढ़े संत संत अजीत सिंह सालिया तो ब्रह्म ज्ञानी से उन्हें तो जो क्या सत्त वह भी दसते भी कहते सताई तो सताई तो बहुत नुकसान हो वो भी ये दो साल की गल हो गई मैंने एक बार मिले सेवादार वो दसते होंगे सी गल इस करके भी ये गल सही है थोड़ी भी जो इंतजाम बंदे टार्च वगैरह सैल या पानी ये चीजा पानी ये जरूरी है। हाँ जी हाँ जी मेरे सिंघणी जाते हैं विआह तो पहला बहुत संसाली जाते हैं वो भी मैंने परसों भी दसदी सी कहिंदी इत्थे भी रोज़ अरदास करते थे सेवादार महाराज ये जिहड़ा आने वाला वक्त आ ना बुरा ये अगे टाल दो अगे टाल दो कहिंदे उत्थे अरदास होनी नित संसाली साहब पर ये फिर अरदास वैसे करनी भी नहीं चाहिए वजन पैंदा जी बहुत ज़्यादा। हाँ जी हाँ जी ਜੇ ਅਰਦਾਸ ਕਰੇਗਾ ਉਹਦੇ ਵਜਨ ਬਹੁਤ ਪਏਗਾ ਵੀ ਕਿਉਂ ਪਰਮਾਤਮਾ ਦੇ ਜੋ ਉਹਦਾ ਹੁਕਮ ਹੈ ਜੀ। ਹਾਂਜੀ ਬਿਲਕੁਲ ਜੀ ਉਹਦੇ ਹੁਕਮ ਨੂੰ ਟਾਲਣਾ ਨਹੀਂ ਉਹ ਤਾਂ ਫਿਰ ਪੰਗਾ ਲੈਣ ਵਾਲੀ ਗੱਲ ਹੈ ਸਹੀ ਆਪਾਂ ਕਹਿੰਦੇ ਵੀ ਇੱਕ ਦੂਜੇ ਨਾਲ ਪੰਗਾ ਨਹੀਂ ਕਰਦਾ ਉਹ ਤਾਂ ਫਿਰ ਰੱਬ ਨਾਲ ਪੰਗਾ ਉਹੀ ਗੱਲ ਹੈਗੀ ਰਾਜਾ ਦਾ ਲੱਤ ਮਾਰਨ ਵਾਲੀ ਗੱਲ ਹੈ ਰੱਬ ਨਾਲ ਪੰਗਾ ਕਿਉਂ ਮਹਾਰਾਜ ਤੋਂ ਸਿਆਣਾ ਕੋਈ ਹੈ ਨਹੀਂ ਉਹਨਾਂ ਨੂੰ ਪਤਾ ਵੀ ਕੀ ਕਰਨਾ ਭਗਤਾਂ ਦਾ ਬਚਾਅ ਹੋਣਾ ਦੁਸ਼ਟਾਂ ਦਾ ਨਾਸ ਹੋਣਾ ਲੈ ਚਾਹ ਲੈ ਠੰਡੀ ਹੋ ਠੰਡੀ ਹੋ ਬੜੇ ਭਾਗਾਂ ਵਾਲੇ ਅੱਜ ਮਿਲ ਗਏ ਸੱਚੀ ਤਿੰਨ ਚਾਰ ਵਾਰੀ ਲਗਾ ਬੈਠੇ ਜੋ ਹੋਗਾ ਦੇਖਿਆ ਜਾਏਗਾ ਮਹਾਰਾਜ ਨੇ ਕਿਰਪਾ ਕਰਕੇ ਦਰਸ਼ਨ ਹੋ ਗਏ ਅਸੀਂ ਕਈ ਮਹੀਨਿਆਂ ਦੇ ਨਾ ਇੱਥੇ ਰਾੜਾ ਆਪਣੇ ਫਤਿਹਗੜ੍ਹ ਸਾਹਿਬ ਵੈਸੇ ਤਾਂ ਸਾਨੂੰ ਕਈ ਸਾਲ ਹੋ ਗਏ ਜਾਂਦਿਆਂ ਨੂੰ ਉੱਥੇ ਇੱਕ ਮਹਾਂਪੁਰਖ ਸਾਨੂੰ ਫਿਰ ਪਤਾ ਲੱਗਿਆ ਵੀ ਰਾੜਾ ਸਾਹਿਬ ਸੰਪਰਦਾ ਚੋ ਬਾਬਾ ਹਰਨੇਕ ਸਿੰਘ ਜੀ ਲੰਗਰਾਂ ਦੀ ਸੇਵਾ ਕਰਾਉਂਦੇ ਹੁੰਦੇ ਆ ਉਹ ਕਈ ਐਤਵਾਰ ਜੇ ਹੋ ਗਏ ਜਾਂਦੇ ਸਾਨੂੰ ਸਾਨੂੰ ਮਿਲਦੇ ਹੀ ਨਹੀਂ ਲੰਘ ਜਾਂਦੇ ਨੇ ਅਤੇ ਹੁਣ ਸਾਨੂੰ ਸੰਗਤ ਨੇ ਕਿਹਾ ਉਹ ਸਿੰਘਾਂ ਨੇ ਕਹਿੰਦੇ ਵੀ ਤੁਸੀਂ ਥੋੜ੍ਹਾ ਜਿਹਾ 9 ਵਜੇ ਪਹੁੰਚ ਜਿਓ ਇੱਥੇ ਅਸੀਂ ਜਾਂਦੇ ਹਾਂ ਜੀ 12-1 ਵਜੇ ਪਹਿਲਾਂ ਉੱਥੇ ਫਤਿਹਗੜ੍ਹ ਸਾਹਿਬ ਹਾਜ਼ਰੀ 2-3 ਘੰਟੇ ਵੀ ਭਰ ਕੇ 1-2 ਵਜੇ ਜਾਈਦਾ ਜੀ ਉੱਥੇ ਅਤੇ ਹੁਣ ਅਸੀਂ ਆਹ ਐਤਵਾਰ ਨੂੰ ਸੋਚਿਆ ਪਰਸੋਂ ਨੂੰ ਵੀ ਸਾਜਰ ਹੀ ਜਾ ਕੇ ਦਰਸ਼ਨ ਮਿਲੇ ਉਹਦੇ ਵੀ ਕਰ ਲਈਏ ਹਾਂ ਜੀ ਮੇਰੇ ਤਾਂ ਇਹੀ ਹੁੰਦਾ ਜਿੰਨੇ ਮਹਾਂਪੁਰਖਾਂ ਦੀ ਸੰਗਤ ਹੋ ਜਾਵੇ ਚੰਗੀ ਗੱਲ ਆ ਜੀ ਚੰਗੀ ਸੰਡੇ ਨੂੰ ਕਿਤੇ ਆ ਜਾਓ ਫਿਰ ਕਿਉਂ ਜਿਹੜੇ ਗੱਦੀ 'ਤੇ ਬਹਿ ਕੇ ਬਚਨ ਹੁੰਦੇ ਕੋਲ ਉਹ ਵੱਖਰਾ ਹਿਸਾਬ ਹੁੰਦਾ ਹਾਂਜੀ ਉਸ ਸਮੇਂ ਕੋਈ ਹਿਸਾਬ ਵੱਖਰਾ ਹੁੰਦਾ ਕੋਈ ਗੱਲ ਨਹੀਂ ਜੀ ਹੁਣ ਤਾਂ ਆਪਾਂ ਸੰਸਾਰੀਆਂ 'ਚ ਕ੍ਰਿਸ਼ਤੀ ਸੰਡੇ ਨੂੰ ਇਹ ਹੈ ਵੀ ਪੂਰੇ ਚੋਲੇ ਚਵਾਈ ਦਾ ਸਰੂਪ 'ਚ ਉੱਧਰ ਕਥਾ ਕੀਰਤਨ ਚੱਲਦਾ ਸੰਗਤ ਬੈਠੀ ਹੁੰਦੀ ਹੈ ਗੱਦੀ 'ਤੇ ਬੈਠੇ ਮਹਾਰਾਜ ਬਿਠਾ ਕੇ ਗਏ ਸਾਡੇ ਪਿਤਾ ਜੀ ਮਿਲਟਰੀ 'ਚ ਹੁੰਦੇ ਸੀ ਉੱਥੇ ਕਿਰਪਾ ਹੋਈ ਸੀ ਗੁਰੂ ਨਾਨਕ ਸਾਹਿਬ ਦੀ ਅੱਛਾ ਜੀ 77 'ਚ ਰਿਟਾਇਰ ਹੋ ਕੇ ਮਹਾਰਾਜ ਆ ਗਏ ਸੀ ਅੱਛਾ ਅਤੇ ਡਾਕਟਰ ਹੁੰਦੇ ਸੀ ਮਹਾਰਾਜ ਆ ਅੱਛਾ ਹਾਂਜੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਨਹੀਂ ਤੁਸੀਂ ਮੂਲ ਮੰਤਰ ਦਾ ਪ੍ਰਚਾਰ ਕਰੋ ਗੁਰੂ ਗ੍ਰੰਥ ਸਾਹਿਬ ਨਾਲ ਸੰਗਤਾਂ ਨੂੰ ਜੋੜੋ ਅਸੀਂ ਤੁਹਾਨੂੰ ਦੇਵਾਂਗੇ ਮੰਗਣਾ ਨਹੀਂ ਕਿਸੇ ਆਪਣੇ ਨਾ ਤਾਂ ਟਰੱਸਟ ਹੈ ਜੀ ਨਾ ਕਮੇਟੀ ਹੈ ਨਾ ਕੋਈ ਮੈਂਬਰ ਹਾਂ ਪ੍ਰਧਾਨ ਕੁਛ ਨਹੀਂ ਹੈ ਬਸ ਇਹ ਵੀ ਨਾ ਕਿਤੇ ਆਪਾਂ ਮੰਗਣ ਜਾਂਦੇ ਹਾਂ ਨਾ ਗ੍ਰਾਹੀ ਕਰਦੇ ਹਾਂ ਪਰਚੀ ਕੁਛ ਨਹੀਂ ਪੰਜੀ ਵੀ ਨਹੀਂ ਮੰਗਣੀ ਕੀਰਤਨ ਦਾ ਵੀ ਇੱਕ ਪੰਜੀ ਨਹੀਂ ਪੈਸੇ ਨਹੀਂ ਕੀਰਤਨ ਦਾ ਵੀ ਸਾਰਾ ਚੱਕ ਕੇ ਇੱਦਾਂ ਅੱਗੇ ਰੱਖ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਉਹ ਸੰਗਤ ਸਾਨੂੰ ਕਹਿੰਦੀ ਮਹਾਰਾਜ ਤੇਲ ਬਾਤੀ ਦਾ ਰੱਖ ਲਿਆ ਕਰੋ ਵੀ ਤੇਲ ਹੀ ਪਵਾ ਲਓ ਤੇਲ ਆਪਣੇ ਪਵਾ ਕੇ ਜਾਂਦੇ ਅੰਮ੍ਰਿਤਸਰ ਬਟਾਲੇ ਜਾਣਾ ਹੋਵੇ ਕਹਿੰਦੇ ਵੀ ਤੁਸੀਂ ਤਾਂ ਸਾਰਾ ਕੁਛ ਤੁਹਾਨੂੰ ਦਿੰਦੇ ਹਾਂ ਤੁਸੀਂ ਅੱਗੇ ਰੱਖ ਦਿੰਦੇ ਹਾਂ ਚਲੋ ਹੋਰ ਨੇ ਜਿਹੜੇ ਨਾਲ ਚਿਮਟੇ ਵਾਲੇ ਆ ਕੋਈ ਸਾਰੇ ਇਹਨਾਂ ਨੂੰ ਦੇ ਦਿਆ ਕਰੋ ਜਾਂ ਤੇਲ ਪਵਾ ਲਿਆ ਕਰੋ ਮੈਂ ਚਲੋ ਕਹਿ ਤੁਸੀਂ ਨਹੀਂ ਹੱਥ ਲਾਉਣਾ ਤੁਸੀਂ ਨਾ ਲਾਓ ਅਸੀਂ ਇਹਨਾਂ ਨੂੰ ਦੇ ਦਿਆ ਕਰਾਂਗੇ ਤੇਲ ਵਗੈਰਾ ਪਵਾ ਲੈਣਗੇ ਮੈਂ ਚਲੋ ਕੋਈ ਮਹਾਰਾਜ ਨੇ ਨਹੀਂ ਮੰਗਿਆ ਵੱਡੇ ਮਹਾਰਾਜ ਨੇ ਨਾ ਆਪਾਂ ਕਦੇ ਕਿਸੇ ਤੋਂ ਮੰਗਿਆ ਨਾ ਭੇਟਾ ਕੀਰਤਨ ਦੀ ਮੰਗੀ ਨਾ ਆਪਾਂ
ਉੱਦਾਂ ਕਿਸੇ ਤੋਂ ਡਿਮਾਂਡ ਰੱਖੀ। ਮਹਾਰਾਜ ਆਪ ਹੀ ਉਹਨਾਂ ਨੂੰ ਇੰਨਾ ਭਰੋਸਾ ਸੀ, ਉਹ ਕਹਿੰਦੇ ਵੀ ਜੇ ਤੁਸੀਂ ਮੂਲ ਮੰਤਰ ਕਰਦੇ ਹੋ ਤਾਂ ਮਹਾਰਾਜ ਨੂੰ ਫਿਕਰ ਹੈ। ਬਿਲਕੁਲ ਜੀ, ਮਹਾਰਾਜ ਆਪੇ ਭੇਜੀ ਜਾਂਦੇ ਢੰਗ, ਮਹਾਰਾਜ ਨੂੰ ਪਤਾ ਵੀ ਕਿਹੜੇ ਢੰਗ ਨਾਲ ਭੇਜਣਾ, ਆਪੇ ਭੇਜ ਦਿੰਦੇ। ਕੋਈ ਨਾ ਕੋਈ ਵਿਧ ਬਣ ਜਾਂਦੀ, ਵਿਧ ਬਣਦੀ ਹੈ ਜੀ। ਤਿੰਨ ਚਾਰ ਘਰ ਉੱਥੇ ਕੀਰਤਨ ਕਰੀਦਾ। ਉੱਥੇ ਅਸੀਂ ਜਾਣਾ ਤੇਈ ਤਰੀਕ ਨੂੰ। ਮੈਂ ਕਿਹਾ ਭਗਤ ਸਿੰਘ ਦਾ ਪਤਾ ਨਹੀਂ ਸ਼ਹੀਦੀ ਦਿਹਾੜਾ ਜੀ, ਤੇਈ ਤਰੀਕ ਨੂੰ, ਤੇਈ ਮਾਰਚ ਨੂੰ। ਹਾਂਜੀ ਹਾਂਜੀ, ਉਸ ਦਿਨ ਦਾ ਉੱਥੇ ਦੀਵਾਨ ਹੈ ਜੀ, ਖੰਨੇ ਖੰਨੇ ਹਾਂਜੀ ਖੰਨੇ ਦੀਵਾਨ, ਉੱਥੇ ਦੀਵਾਨ ਹੈ ਜੀ 11 to 12 ਦਿਨ ਚ ਜੀ। ਹਾਂਜੀ ਠੀਕ, ਸਵੇਰ ਦਾ 11 to 12 ਜ਼ਰੂਰ ਦਰਸ਼ਨ ਆਪਣੀ ਸੰਗਤ ਦੇ ਘਰ ਹੀ ਹੈ ਜੀ ਉੱਥੇ। ਅੱਛਾ ਜੀ, ਘੰਟੇ ਦਾ ਦੀਵਾਨ। ਪਹਿਲਾਂ ਮੈਂ ਫਿਰ ਸੁਖਮਨੀ ਸਾਹਿਬ ਕਰਾਉਣਗੇ ਜੀ ਉਹ। ਅੱਛਾ, ਅਤੇ ਫਿਰ 11 ਵਜੇ ਸੁਖਮਨੀ ਸਾਹਿਬ ਸਮਾਪਤੀ, 11 to 12 ਕੀਰਤਨ, 12 ਵਜੇ ਫਿਰ ਲੰਗਰ। ਬਾਕੀ ਦੱਸ ਦਾਂਗੇ ਤੁਹਾਨੂੰ, ਕੋਈ ਨਾ ਉੱਥੇ ਨੇੜੇ ਮਿਲ ਲਾਂਗੇ ਆਪਾਂ। ਹਾਂਜੀ, ਨੰਬਰ ਦੇ ਦਿਓ ਜਾਂ ਨੰਬਰ ਵੀ ਪਤਾ ਲੱਗ ਜਾਵੇ। ਹਾਂਜੀ ਹਾਂ, ਨਾਮ ਕੀ ਜੀ ਆਪ ਜੀ ਦਾ? ਵੀ ਜੀ ਮੇਰਾ ਸੁਖਵਿੰਦਰ ਸਿੰਘ।